ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 10 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਜੀਆਂ ਦਾ ਆਹਾਰ ਜੀ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਹੇ ਆ ਬਹਿ तकरीबन ਰੋਜ਼ ਇਹ ਗੱਲ ਦौराਣਾ ਅੱਜ ਫੇਰ ਉਹਨੂੰ ਦौरा ਦੇਣਾ ਚਾਹੁੰਦਾ ਮੇਰਾ ਮਕਸਦ ਨਾ ਕਿਸੇ ਨੂੰ ਜਿਹੜਾ ਮਾਸ ਖਾਂਦਾ ਉਹਨੂੰ ਛੱਡਣ ਲਈ ਕਹਿਣਾ ਕਿ ਤੂੰ ਨੰਖਾ ਤੇ ਨਾ ਜਿਹੜਾ ਨਹੀਂ ਖਾਂਦਾ ਉਹਨੂੰ ਪ੍ਰੇਰਣ ਲਈ ਕਹਿਣਾ ਕਿ ਤੂੰ ਖਾ ਮੈਂ ਤਾਂ ਸਿਰਫ ਇੱਥੇ ਜਿਹੜਾ ਭਰਮਜਾਲ ਕੌਮ ਦੇ ਵਿੱਚ ਫੈਲ ਗਿਆ ਬੜਾ ਭਾਰੀ ਅੱਜ ਇੱਕ ਬੜਾ ਵੱਡਾ ਵਿਵਾਦ ਬਣ ਰਿਹਾ ਜਿਹੜਾ ਕੌਮ ਦੇ ਵਿੱਚ ਉਹ ਤਾਂ ਗੁਰਮਤ ਅਨੁਸਾਰ ਜੋ ਫੈਸਲਾ ਹੈ ਉਹ ਆਪ ਤੱਕ ਪਹੁੰਚਾ ਜਲਵਾ ਜੋ ਮੇਰੀ ਸਮਝ ਅਨੁਸਾਰ ਗੁਰਮਤ ਕਹਿੰਦੀ ਹੈ ਉਹ ਗਨਪਜੀ ਤੱਕ ਪਹੁੰਚਣਾ ਚਾਹੁੰਦਾ ਔਰ ਇਸ ਵਿਸ਼ੇ ਦੇ ਵਿੱਚ ਕੱਲ ਤੋਂ ਅਸੀਂ ਗੁਰਬਾਣੀ ਦੇ ਉਹਨਾਂ ਪਰਮਾਣਾਂ ਨੂੰ ਦੇਖ ਰਹੇ ਹਾਂ ਸਮਝ ਰਹੇ ਹਾਂ ਜਿਹੜੇ ਬਿਲਕੁਲ ਸਪਸ਼ਟ ਨੇ ਕੱਲ ਬੇਨਤੀ ਕੀਤੀ ਸੀ ਕਿ ਦੋ ਸ਼ਲੋਕ ਨੇ ਇੱਕ ਸ਼ਲੋਕ ਕੱਲ ਵਿਚਾਰਿਆ ਸੀ ਦੂਜਾ ਸ਼ਲੋਕ ਬਹੁਤ ਵੱਡਾ ਅੱਧਾ ਆਪਾਂ ਅੱਜ ਵਿਚਾਰਾਂਗੇ ਅੱਧਾ ਕੱਲ ਵਿਚਾਰਾਂਗੇ ਔਰ ਇਹਨੇ ਸਾਰੇ ਪਰਮਜਾਲ ਜਿਹੜੇ ਨੇ ਖਤਮ ਕਰਤੇ ਨੇ ਲੇਕਿਨ ਜੇ ਹੁਣ ਉਹਦੇ ਵੀ ਅਸੀਂ ਹੋਰ ਕੋਈ ਅਰਥ ਕੱਢ ਕੇ ਬਦੋ ਬਦੀ ਭਜਣਾ ਚਾਹੀਏ ਆਪਣੀ ਵਿਚਾਰਧਾਰਾ ਆਪਣੀ ਸੋਚ ਜਿਹੜੀ ਸਾਡੇ ਅੰਦਰ ਮਾਨਸਿਕਤਾ ਡਿਵੈਲਪ ਹੋ ਗਈ ਹੈ ਗੁਰਬਾਣੀ ਨੂੰ ਉਹਦੇ ਅਨੁਸਾਰ ਢਾਲਣਾ ਚਾਹੀਏ ਤੇ ਫਿਰ ਉਹਦਾ ਇਲਾਜ ਦੁਨੀਆ ਦੇ ਵਿੱਚ ਕੋਈ ਨਹੀਂ ਅਦਰਵਾਈਜ਼ ਇਹ ਪਰਮਾਨ ਜਿਹੜੇ ਨੇ ਬਿਲਕੁਲ ਸਪਸ਼ਟ ਨੇ ਆਪਾਂ ਅੱਜ ਦਾ ਦੂਜੇ ਸ਼ਲੋਕ ਦੀ ਅੱਧਾ ਸ਼ਲੋਕ ਅੱਜ ਆਪਾਂ ਵਿਚਾਰਾਂਗੇ ਉਹ ਵੀ ਦੋ ਭਾਗਾਂ ਦੇ ਵਿੱਚ। ਕੱਲ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ 1200 ਉਨੰਦ ਵਿੱਚ ਹੁਣ ਤੋਂ ਸ਼ੁਰੂ ਹੁੰਦੇ ਤੇ 1290 ਤੇ ਪੂਰਨ ਹੁੰਦਾ। ਇਸ ਦੂਸਰੇ ਸ਼ਲੋਕ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ। ਕੌਣ ਮਾਸ ਕੌਣ ਸਾਗ ਖਾਦਾ ਇਸਮੇ ਪਾਪ ਸਮਾਣੇ ਗੈਂਡਾ ਮਾਰ ਹੋਮ ਜੱਗ ਕੀਆ ਗੈਂਡਾ ਮਾਰ ਹੋਮ ਜੱਗ ਕੀਏ ਦੇਖਦੇ ਆਂ ਕੀ ਬਾਣੇ ਮਾਸ ਛੋੜ ਬੈਸ ਨੱਕ ਨੱਕ ਪਕੜੈ ਰਾਤੀ ਮਾਨਸ ਖਾਣੇ ਫੜਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਜੈ ਨਾਨਕ ਅੰਦੇ ਸੋਕਿਆ ਕਹੀਐ ਕਹੇ ਨਾ ਕਹੇ ਆਪੂ ਜੀ ਕੁਣ ਜਿਹੜਾ ਫੈਸਲਾ ਸ਼ੁਰੂ ਦੇ ਉੱਤੇ ਹੀ ਸਤਿਗੁਰੂ ਨੇ ਦਿੱਤਾ ਹੈ ਨਾ ਪਹਿਲੀ ਪੰਕਤੀ ਦੇ ਵਿੱਚ ਇਸ ਦੂਸਰੇ ਸ਼ਲੋਕ ਦੀ ਪਹਿਲੀ ਪੰਕਤੀ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਤੇ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਪਹਿਲੀ ਗੱਲ ਤੇ ਇਹ ਵਿਵਾਦ ਬ੍ਰਾਹਮਣ ਦਾ ਖੜਾ ਕੀਤਾ ਹੋਇਆ ਹੈ ਸਿੱਖੀ ਦੇ ਵਿੱਚ ਬੜਾ ਨਵਾਂ ਔਰ ਬ੍ਰਾਹਮਣਵਾਦ ਦੇ ਵਿੱਚ ਹੀ ਆਇਆ ਹੈ ਮੈਂ ਜੇ ਕਹਾਂ ਕਿ ਸਿੱਖੀ ਦੇ ਵਿੱਚ ਵਿਵਾਦ ਪਿਛਲੇ 40-50 ਕਿ 35 40 ਸਾਲਾਂ ਕੀ ਨਜ਼ੂਰ ਫੜ ਗਿਆ ਤੇ ਇਸ ਕੋ ਝੂਠ ਨਹੀਂ ਹੋਏਗਾ। ਔਰ ਇੱਕ ਜਿਹੜਾ ਗਲਤ ਗੱਲ ਹੁੰਦੀ ਹੈ ਨਾ ਬੜੀ ਛੇਤੀ ਫੈਲਦੀ ਹੈ। ਗੁਰਮਤ ਨੂੰ ਤਾਂ ਸਮਝਣਾ ਪੈਂਦਾ। ਉਥੇ ਸਮਝਣ ਦੀ ਲੋੜ ਨਹੀਂ ਹੁੰਦੀ ਪਰਮਜਾਲ ਹੈ ਉਹਨੂੰ ਫਲਾਣਾ ਹੀ ਹੁੰਦਾ ਸਿਰਫ। ਪਹਿਲੀ ਪੰਕਤੀ ਜੀ ਸਤਗੁਰੂ ਜੀ ਨੇ ਨਿਰਨਾ ਦੇ ਰਹੇ ਨੇ ਮਾਸ ਮਾਸ ਕਰ ਮੂਰਖ ਝਗੜੇ। ਮਾਸ ਦੇ ਝਗੜੇ ਦੇ ਵਿੱਚ ਮੂਰਖ ਪੈਂਦੇ ਨੇ। ਖਾਣਾ ਨਹੀਂ ਖਾਣਾ ਖਾਣਾ ਨਹੀਂ ਖਾਣਾ ਉਹ ਖਾਣ ਵਾਲੇ ਆਪਣੀ ਦਲੀਲ ਨਾਲ ਖਾਣ ਵਾਲੇ ਆਪਣੀ ਦਲੀਲ ਦੋਨਾਂ ਨੂੰ ਸਤਗੁਰੂ ਜੀ ਮੂਰਖ ਕਹਿ ਰਹੇ ਨੇ ਇਹ ਕਿਉਂ ਝਗੜਾ ਹੁੰਦਾ ਕਿਉਂਕਿ ਗਿਆਨ ਧਿਆਨ ਨਹੀਂ ਸੁਝੇ ਕਿਉਂ ਗੁਰੂ ਦਾ ਗਿਆਨ ਤੇ ਲਿਆ ਨਹੀਂ ਕਿਵਾਂ ਕਰਨਾ ਅੱਜ ਇਹਨੇ ਸਪਸ਼ਟ ਸ਼ਬਦ ਨੇ ਕਾਲ ਤੋਂ ਚੱਲ ਰਹੇ ਨੇ ਜਿਹੜੇ ਮੈਂ ਆਪ ਜੀ ਨਾਲ ਵਿਚਾਰ ਰਹੇ ਹਾਂ ਜਿਹਨਾਂ ਨੂੰ ਨਹੀਂ ਲੈਣਾ ਉਹਨਾਂ ਗਿਆਨ ਅੱਜ ਵੀ ਨਹੀਂ ਲੈਣਾ ਕੌਣ ਮਾਸ ਕੌਣ ਸਾਗ ਖਾਵਾ ਕਿਸਮੇ ਪਾਪ ਸਮਾਣਾ ਤੁਸੀਂ ਕਹਿੰਦੇ ਹੋ ਕਿ ਮਾਸ ਖਾਦਾ ਤੇ ਪਾਪ ਹੈ ਜੀ ਮਾਰਿਆ ਸਾਗ ਖਾਦਾ ਠੀਕ ਹੈ ਸਤਿਗੁਰ ਕਹਿੰਦੇ ਨੇ ਦੋਨੋਂ ਜੀਵ ਨੇ ਕਿਹਦੇ ਵਿੱਚ ਪਾਪ ਹੈ ਜੇ ਤੁਸੀਂ ਸਾਗ ਵੱਢ ਕੇ ਲਿਆਉਂਦਾ ਤਾਂ ਵੀ ਜੀਵ ਵੱਢਿਆ ਤੇ ਜੇ ਮਾਸ ਵੱਢ ਕੇ ਲਿਆਉਂਦਾ ਕੋਈ ਜਾਨਵਰ ਵੱਢ ਕੇ ਲਿਆਉਂਦਾ ਹੈ ਮਾਸ ਖਾਣ ਵਾਸਤੇ ਤਾਂ ਵੀ ਜੀਵ ਵੱਢਿਆ ਐਸプレ ਵਚਾਰ ਚੁੱਕੇ ਸਾਰੀ ਬਨਸਪਤੀ ਦੇ ਵਿੱਚ ਜਿੰਦਾ ਇਸ ਕਰਕੇ ਕਿਹਦੇ ਵਿੱਚ ਪਾਪ ਹੈ ਸਤਿ ਕਿ ਸਵਾਲ ਕਰ ਰਹੇ ਨੇ ਕਿਸ ਵਿੱਚ ਪਾਪ ਸਮਾਣਾ ਹੈ ਫਿਰ ਪਰਮਾਨ ਦੇਂਦੇ ਨੇ ਬੜਾ ਕਮਾਲ ਦਾ ਪਰਮਾਨ ਗੈਂਡਾ ਮਾਰ ਹੋਮ ਜਗ ਕੀ ਇਹ ਦੇਵਤਿਆਂ ਕੀ ਬਾਣੇ ਹੋਮ ਜਗ ਕਰਦੇ ਹੋ ਉਮ ਦਾ ਮਤਲਬ ਹੀ ਹੁੰਦਾ ਹੈ ਕੁਝ ਭੇਟ ਕਰਨਾ ਉੱਥੇ ਜੋ ਦੇਵਤਿਆਂ ਨੂੰ ਪ੍ਰਸੰਨ ਹੈ ਉਸ ਜੀਵ ਦੀ ਬਲੀ ਦਿੰਦੇ ਹੋ ਹੁਣ ਕਈ ਦੇਵਤੇ ਨੇ ਜਿਨ੍ਹਾਂ ਨੂੰ ਗੈਂਡਾ ਪਸੰਦ ਹੈ ਉੱਥੇ ਗੈਂਡਾ ਮਾਰ ਕੇ ਉਹਦੀ ਬਲੀ ਦਿੰਦੇ ਹੋ ਐਡੇ ਉਥੇ ਔਖੇ ਕੰਮ ਤੱਕ ਜਾਂਦੇ ਹੋ ਕਿ ਗੈਂਡਾ ਮਾਰ ਕੇ ਉਹਦੀ ਬਲੀ ਦਿੰਦੇ ਹੋ ਅੱਜ ਵਸਤੇ ਕਿਉਂਕਿ ਉਸ ਦੇਵਤੇ ਨੂੰ ਗੈਂਡੇ ਦਾ ਮਾਸ ਪਸੰਦ ਹੈ ਉਹਨੂੰ ਉਹ ਚੰਗਾ ਲੱਗਦਾ ਹੈ ਤੁਸੀਂ ਉਹਦੀ ਬਲੀ ਦਿੰਦੇ ਹੋ ਵੀ ਆ ਛਕੋ ਜੀ ਗੈਂਡਾ ਮਰਹੂਮ ਜਕੀਏ ਦੇਵਤਿਆਂ ਕੀ ਬਾਣ ਹੈ ਉੱਥੇ ਤਾਂ ਬਲੀਆਂ ਦਿੰਦੇ ਹੋ ਜਾਮਲਰਾਂ ਦੀਆਂ ਤੇ ਬਾਅਦ ਦੇ ਵਿੱਚ ਕਰਮ ਇਹ ਹੈ ਮਾਸ ਛੋੜ ਬੈਸ ਨੱਕ ਪਕੜਿਆ ਨਾ ਰਸਤੀ ਮਾਨਸ ਖਾਣੇ ਜਿੱਥੇ ਕਿਤੇ ਮਾਸ ਨਜ਼ਰ ਆ ਜਾਏ ਨੱਕ ਤੇ ਹੱਥ ਰੱਖ ਲੈਂਦੇ ਉਹ ਬਦਬੂ ਆ ਰਹੀ ਹੈ ਮੈਨੂੰ ਤੇ ਕਰਮ ਤੁਹਾਡੇ ਇਹ ਨੇ ਕਿ ਰਾਤ ਨੂੰ ਲੁੱਕ ਕੇ ਇਹ ਵਿਉਂਤਾ ਬਣਾਉਂਦੇ ਹੋ ਕਿ ਲੋਕਾਂ ਦਾ ਲੋਹ ਕਿਵੇਂ ਪੀਣਾ ਹੈ ਉਹ ਚੰਗਾ ਲੱਗਦਾ ਤੁਹਾਨੂੰ ਉਹ ਮੁਰਦਾਰ ਚੰਗਾ ਲੱਗਦਾ ਤੁਹਾਨੂੰ ਜਿਹਨੂੰ ਗੁਰਬਾਣੀ ਨੇ ਮੁਰਦਾਰ ਕਿਹਾ ਉਹ ਬੜਾ ਸਤਿਲਾ ਲੱਗਦਾ ਫੜ ਕੇ ਲੋਕਾਂ ਨੂੰ ਦਿਖਲਾਵੇਂ ਗਿਆਨ ਧਿਆਨ ਨਹੀਂ ਸੂਝੈ ਨੱਕ ਫੜ ਕੇ ਲੋਕਾਂ ਨੂੰ ਵਿਖਾਉਣਾ ਕਿ ਤੂੰ ਬੜਾ ਪਵਿੱਤਰ ਹੈ ਆਪਦੇ ਨੂੰ ਸਮਝ ਕੋਈ ਨਹੀਂ ਗਿਆਨ ਧਿਆਨ ਨਹੀਂ ਸੁਝਾ ਆਪਣੀ ਮਸਤਰੀ ਜਿਹੜੀ ਛੋਟੀ ਹੈ ਅਸਲ ਦੇ ਵਿੱਚ ਸ਼ਬਦ ਬਹੁਤ ਵਿਆਖਿਆ ਮੰਗਦਾ ਹੈ ਇੱਥੇ ਸਮਾਂ ਬੜਾ ਸੀਮਿਤ ਹੁੰਦਾ ਹੈ ਮੈਂ ਸ਼ਾਰਟ ਦੇ ਵਿੱਚ ਬਿਲਕੁਲ ਸਿੱਧਾ ਟੂ ਦਾ ਪੁਆਇੰਟ ਜਿਹੜੀ ਗੱਲ ਕਰ ਰਿਹਾ ਨਾਨਕ ਅੰਦੇ ਸਿਓ ਕਾ ਕਹੀ ਹੈ ਕਹੇ ਨਾ ਕਹੇ ਸੂਝਾ ਜਿੰਨ ਦੀ ਅਕਲ ਹੀ ਕੋਈ ਨਹੀਂ ਜਿਨੇ ਮਨ ਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਉਹ ਥੋੜੀ ਜੰਨਾ ਜਿਹਨੂੰ ਸੰਸਾਰਕ ਵਸਤੂ ਨਹੀਂ ਨਜ਼ਰ ਆ ਰਹੀ ਹੈ ਅਨੇ ਤੇ ਉਹਨੇ ਜਿਹੜਾ ਨੇ ਮੰਨ ਦੀ ਅੱਖਾਂ ਬੰਦ ਕੀਤੀ ਹੋਈਆਂ ਨੇ ਜਿਹੜਾ ਅਕਲ ਦੀ ਅੱਖਾਂ ਬੰਦ ਕੀਤੀ ਹੋਈਆਂ ਨੇ ਉਹਨਾਂ ਨੂੰ ਕੀ ਕਹੋਗੇ ਕੀ ਸਮਝਾਓਗੇ ਉਹਨਾਂ ਦੇ ਆਪਣੀ ਗੱਲ ਕਹੀ ਜਾਨੀ ਸਮਝਣ ਦਾ ਤਾਂ ਹੈ ਹੀ ਨਹੀਂ ਹੁਣ ਇਹ ਜੱਡੀ ਪੰਕਤੀ ਹੈ ਨਾ ਨਾ ਲਕਨ ਦੇ ਸੋਕਿਆ ਕਹੀ ਹੈ ਕਹਿਆ ਕਹੇ ਨਾ ਕਹੇ ਆ ਬੂਝਾ ਮੈਂ ਦੂਜੀ ਵਾਰੀ ਵੀ ਲਈ ਹੈ ਤਾਂ ਉਹਦੀ ਕੰਟੀਨਿਊਟੀ ਬਣਾਉਣ ਵਾਸਤੇ ਹੁਣ ਇੱਥੇ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਨਾਨਕ ਅੰਦੇਸ ਸੇ ਉਹ ਕਾਹ ਕਹੀ ਹੈ ਕਹੇ ਨਾ ਕਹਿਆ ਬੂਚੇ ਅੰਦਾ ਸੋਏ ਜੇ ਅੰਧ ਕਮਾਵੇ ਇਸ ਹਿਰਦੇ ਸੇ ਲੋਚ ਨਾਹੀ ਮਾਤ ਪਿਤਾ ਕੀ ਰਕਤ ਨੇ ਬੰਨਨੇ ਮੱਛੀ ਮਾਸ ਨਾ ਖਾਹੀ ਮੈਂ ਸਮਝਦਾ ਮੈਂ ਇਸ ਤੋਂ ਸਪਸ਼ਟ ਕੁਝ ਨਹੀਂ ਕਿਹਾ ਜਾ ਸਕਦਾ ਪਹਿਲੇ ਪ੍ਰਮਾਨ ਦੀ ਆਪਾਂ ਗੱਲ ਬੰਮਨ ਨਾਲ ਜੋੜ ਸਕਦੇ ਆ ਕਿ ਉਹਨਾਂ ਦੇ ਬਲੀਆਂ ਦੇ ਅੰਦਰ ਰਵਾਜ ਹੈ ਇੱਥੇ ਤਾਂ ਸਤਿਗੁਰ ਨੇ ਸਾਰੇ ਹੀ ਪਾਜੂ ਘੇੜ ਦਿੱਤਾ ਹੈ ਨਾਨਕ ਅੰਦੇ ਸੇਕੋ ਕਹੀ ਹੈ ਕਹਿਆ ਨਾ ਕਹਿਆ ਬੂਝੇ ਕੀ ਸਮਝਾਓਗੇ ਮੂਰਖ ਨੂੰ ਜਿਹੜੇ ਮੰਦੀ ਅੱਖਾਂ ਹੀ ਬੰਦ ਕੀਤੀਆਂ ਹੋਈਆਂ ਨੇ ਆਪਣੀ ਗੱਲ ਹੀ ਕਰੀ ਜਾਣੀ ਹੈ ਅੰਧਾ ਸੋਏ ਜੇ ਅੰਧ ਕਮਵਾਵੇ ਇਸ ਰਿਦੇ ਸੇ ਲੁੱਟਣਾ ਹੈ ਅਸਲ ਤੇ ਵਿਚ ਅੰਨਾ ਕਿਹਨਾਂ ਹੈ ਫਿਰ ਅੰਦੇ ਕਰਮ ਕਰ ਰਹੇ ਹੈ ਅਜਾਮ ਤੇ ਵਾਲੇ ਕਰਮ ਕਰ ਰਹੇ ਹੈ ਉਦੇ ਮੰਨ ਦੀਆਂ ਅੱਖਾਂ ਨਹੀਂ ਤੇ ਇਸ ਰਿੱਦੇ ਸੇ ਲੋਚਨ ਨਹੀਂ ਮੰਨਦੀਆਂ ਕਾਇ ਨਹੀਂ ਖੁੱਲਦਾ ਹੀ ਨਹੀਂ ਉਹਨਾਂ ਨੂੰ ਮਾਤਾ ਪਿਤਾ ਕੀ ਰਕਤੋਂ ਬਣਨੇ ਮੱਛੀ ਮਾਸ ਦਾ ਖਾਣੇ ਮਾਤਾ ਪਿਤਾ ਦੇ ਲਹੂ ਦੇ ਨਾਲ ਬਣਿਆ ਆ ਸਾਡਾ ਸਰੀਰ ਜਿਹੜਾ ਹੈ ਨਾ ਮਾਤਾ ਪਿਤਾ ਦੇ ਲਹੂ ਦੇ ਨਾਲ ਬਣਿਆ ਲਹੂ ਦਰਾਈਆਂ ਵੀਰੇ ਬਣਦਾ ਜਦੋਂ ਬੀਚ ਪਿਆ ਤੇ ਮਾਂ ਦਾ ਤਾਂ ਲਹੂ ਸਾਰਾ ਜਿਹੜਾ ਤੇਰੇ ਸਰੀਰ 'ਚ ਜਾਂਦਾ ਜਿਹਦੇ ਨਾਲ ਤੂੰ ਬਣਦਾ ਹੈ ਪਲਦਾ ਹੈ ਤੇਰੀ ਸਰੀਰ ਹੁੰਦੀ ਆਉਂਦੀ ਹੈ ਔਰ ਸਤਿਗੁਰੂ ਤਾਣਾ ਮਾਰਦੇ ਹੋਏ ਕਹਿੰਦੇ ਨੇ ਗੱਲ ਸਮਝਾਉਣ ਲਈ ਕਿ ਬਾਪ ਪਿਤਾ ਕੀ ਰਕਤ ਨਾਲ ਬਣਨੇ ਮਾਤਾ ਪਿਤਾ ਦੇ ਲਹੂ ਨਾਲ ਬਣਨੇ ਤੇ ਮੱਛੀ ਮਾਸ ਨਾ ਖਾਹੀ ਮੱਛੀ ਦਾ ਮਾਸ ਖਾਂਦੇ ਆ ਜਦੋਂ ਬੜੀ ਤਕਲੀਫ ਹੁੰਦੀ ਹੈ ਕੁਣ ਬੜੀ ਮਜ਼ੇਦਾਰ ਗੱਲ ਹੈ ਮੈਂ ਇੱਕ ਵਿਆਖਿਆਕਾਰ ਨੂੰ ਸੁਣਿਆ ਉਹ ਮਾਸ ਨਾ ਖਾਣ ਦਾ ਬੜਾ ਪੈਰੋਕਾਰ ਸੀ ਉਹਨਾਂ ਦਾ ਡੇਰਾ ਇਟਕ ਸਾਡੀਆਂ ਦੇ ਵਿੱਚੋਂ ਸੀ ਉਹ ਤਾਂ ਬੜਾ ਪੱਕਾ ਹੈ ਇਸ ਮਾਮਲੇ 'ਚ ਕਿ ਮਾਸ ਨਹੀਂ ਖਾਣੇ ਤਾਂ ਬੜਾ ਵੱਡਾ ਪਾਪ ਹੈ ਉਹਨੇ ਇੱਥੇ ਅਰਥ ਜਿਹੜੇ ਕੀਤੇ ਨਾ ਇਹ ਕਰਦੇ ਕਿ ਸਤਿਗੁਰੂ ਮੜਾ ਕਹਿੰਦੇ ਮੱਛੀ ਮਾਸ ਰਖਾ ਕਿ ਮੱਛੀ ਦਾ ਮਾਸ ਨਹੀਂ ਖਾਣਾ ਉਨ ਜੇ ਪੂਰੀ ਪੰਕਤੀ ਨੂੰ ਹੀ ਸਿਰਫ ਸਾਰੇ ਸ਼ਬਦ ਨੂੰ ਤਾਂ ਚੜ ਦਿਓ ਸਿਰਫ ਪੰਕਤੀ ਨੂੰ ਹੀ ਲੈ ਲਈ ਹੈ ਨਾ ਸਤਿਗੁਰ ਕਹਿਣਾ ਹੈ ਮਾਪੇ ਉਹਦੇ ਲਹੂ ਨਾਲ ਜੰਮਿਆ ਤੇ ਮੱਛੀ ਦਾ ਮਾਸ ਖਾਂਦੇ ਆ ਤਨ ਤਕਲੀਫ ਹੁੰਦੀ ਹੈ ਮਾਸੋਂ ਨਿਮੇ ਮਾਸੋਂ ਜੰਮੇ ਹਮ ਮਾਸੇ ਕੇ ਪਾਂਡੇ ਸਾਡਾ ਤਾਂ ਸਭ ਕੁਝ ਮਾਸ ਨਾਲ ਹੀ ਹੈ ਮਾਸ ਦੇ ਅੰਦਰੋਂ ਜੰਮਿਆ ਮਾਸ ਦੇ ਅੰਦਰ ਹੀ ਪਲੇਆ ਮਾਸ ਦੇ ਅੰਦਰ ਪਲੇਆ ਮਾਸ ਦੇ ਅੰਦਰੋਂ ਜੰਮਿਆ ਮਾਸੇ ਜੰਮੇ ਹਾਂ ਮਾਸੇ ਕੇ ਪਾਂਡੇ ਅਸੀਂ ਤੇ ਮਾਸ ਦੇ ਪਾਂਡੇ ਆ ਜਿਹਦੇ ਵਿੱਚ ਜਿੰਦ ਪਾਈ ਹੋਈ ਹੈ ਅਗਰ ਇਹ ਮਾਸ ਦਾ ਸ਼ਰੀਰ ਨਾ ਬੜਾਇਆ ਹੁੰਦਾ ਤੇ ਵਿੱਚ ਜਿੰਦ ਵੀ ਨਹੀਂ ਚ ਪੈਣੀ ਚਾਹੀਦੀ ਨਾ ਹੁੰਦੀ ਗਿਆਨ ਧਿਆਨ ਕੇ ਸੂਝੈ ਨਹੀਂ ਚਤਰ ਕਹਾਵੇਂ ਪਾਂਡੇ ਤੈਨੂੰ ਕੋਈ ਸੋਝੀ ਹੈ ਨਹੀਂ ਤੇ ਬ੍ਰਾਹਮਣ ਪਾਂਡੇ ਤੂੰ ਬੜਾ ਆਪਣੇ ਆਪ ਨੂੰ ਸਿਆਣਾ ਸਮਝਦਾ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ ਇਹਨਾਂ ਸਮੈ ਨਾ ਕਿ ਸਰ ਬ੍ਰਾਹਮਮ ਨੂੰ ਕਿਹਾ ਗਿਆ ਸਾਡੇ ਅੰਦਰ ਵੀ ਅੱਜ ਬੜੇ ਪਾਂਡੇ ਬੜੇ ਹੋਏ ਨੇ ਉਹਨਾਂ ਸਿਰਫ ਰੂਪ ਬਦਲੇ ਹੋਏ ਨੇ ਉਹ ਵੀ ਇਹੀ ਕਰਮ ਕਰ ਰਹੇ ਨੇ ਇਹ ਤਾਂ ਨਾ ਉਹਨਾਂ ਵਾਸਤਾ ਵੀ ਹੈ ਜਿਹੜਾ ਸਤਗੁਰੂ ਜੀ ਨੇ ਬਾੜਿਆ ਆਪਾਂ ਇਸ ਸ਼ਬਦ ਦੀ ਵਿਚਾਰ ਜਿਹੜੀ ਹੈ ਜੇ ਕੱਲ ਵੀ ਜਾਰੀ ਰੱਖਾਂਗੇ ਅੱਜ ਅੱਧਾ ਸ਼ਲੋਕ ਵਿਚਾਰਿਆ ਅੱਧਾ ਕੱਲ ਨੂੰ ਵਿਚਾਰਾਂਗੇ ਅੱਜ ਬਸ ਇਤਨੇ ਕਿ ਬਚਨ ਪ੍ਰਵਾਨ ਕਰਨਾ ਹੋਈਆਂ ਪ੍ਰਣਾ ਵਾਸਤੇ ਖਮਾਬਖਸ਼ਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ